ਵਾਸਤੇ ਚੌਗਨ ਕਰਦੇ ਹਨ, ਹੋਰ ਰਹਿਮਤਾਂ ਕਰਦੇ ਹਨ। ਪਰ ਮਨੁੱਖ ਜਦੋਂ ਇਹਨਾਂ ਜ਼ਿੰਮੇਵਾਰੀਆਂ ਨੂੰ ਪ੍ਰਾਪਤ ਕਰਕੇ, ਰੁਤਬਿਆਂ ਨੂੰ ਪ੍ਰਾਪਤ ਕਰਕੇ ਪਰਮਾਤਮਾ ਨੂੰ ਭੁੱਲ ਜਾਂਦੇ, ਹੰਕਾਰੀ ਹੋ ਜਾਂਦਾ ਕਿ ਸ਼ਾਇਦ ਮੇਰੀ ਸਿਆਣਪ ਨਾਲ ਕੰਮ ਚੱਲ ਰਿਹਾ, ਫਿਰ ਪਰਮਾਤਮਾ ਆਪਣਾ ਕਰਮ ਕਰਦੇ। ਦੇਖੋ ਜੇ ਉਹਦੇ ਪਿਆਰ ਜੁੜੇ ਰਹਾਂਗੇ, ਕਰਮ ਤਾਂ ਵੀ ਹੋਣਾ, ਉਹ ਕਰਮ ਬਖਸ਼ਿਸ਼ ਬਣ ਜਾਂਦੀ ਹੈ, ਉਹਦੀ ਰਹਿਮਤ ਬਣ ਜਾਂਦੀ ਹੈ। ਪਰ ਜੇ ਆਪਾਂ ਰੁਤਬਿਆਂ ਤੇ ਆ ਕੇ ਉਸ ਦਾਤੇ ਨਾਲੋਂ ਟੁੱਟ ਗਏ, ਚਾਹੀਦਾ ਤਾਂ ਅਸੀਂ ਭਾਵੇਂ ਦੁਨੀਆਂ ਦਾ ਕੋਈ ਵੀ ਸਾਧਨ ਹੈ, ਅਸੀਂ ਰੋਟੀ ਪਾਣੀ ਖਾਂਦੇ ਹਾਂ, ਰੋਟੀ ਪਾਣੀ ਖਾਂਦੇ ਹਾਂ ਵੀ ਉਹਦੇ ਪਿਆਰ 'ਚ ਹੀ ਜੁੜੀਏ, ਕਿਰਤ ਵਿਰਤ ਕਰਦੇ ਹਾਂ, ਕਾਰੋਬਾਰ ਕਰਦੇ ਹਾਂ ਵੀ ਉਹਦੇ ਪਿਆਰ 'ਚ ਜੁੜੀਏ। ਚਾਹੀਦਾ ਤਾਂ ਇਹ ਸੀ ਕਿ ਰੁਤਬਿਆਂ ਤੇ ਬੈਠ ਕੇ ਵੀ ਉਹਦੇ ਪਿਆਰ 'ਚ ਜੁੜੀਏ ਜਿਹਨੇ ਰੁਤਬੇ ਦਿੱਤੇ ਨੇ। ਪਰ ਹੋ ਗਿਆ ਕਿ ਬੰਦਾ ਇਹਨਾਂ ਰੁਤਬਿਆਂ ਨੂੰ ਪ੍ਰਾਪਤ ਕਰਕੇ ਉਸ ਰੁਤਬੇ ਦੇਣ ਵਾਲੇ ਨਾਲੋਂ ਟੁੱਟ ਗਿਆ, ਦਾਤ ਪਿਆਰੀ ਵਿਸਰਿਆ, ਦਾਤਾ ਭੁੱਲ ਗਿਆ, ਕਰਮ ਉਹ ਫਿਰ ਵੀ ਕਰਦੇ। ਸਾਹਿਬ ਜੀ ਕਹਿੰਦੇ ਫਿਰ ਕਰਮ ਕੀ ਕਰਦਾ ਕਿ ਨਦਰ ਉਪੱਠੀ ਜੇ ਕਰੇ ਸੁਲਤਾਨਾ ਖਾ ਹੁਕਰਾਇਨਾ। ਉਹ ਫਿਰ ਆਪਣੀ ਨਜ਼ਰ ਲਾਂਭੇ ਕਰ ਲੈਂਦੇ, ਜਦੋਂ ਉਹ ਨਜ਼ਰ ਲਾਂਭੇ ਕਰ ਲਏ, ਰੁਤਬੇ ਖੋ ਲਏ, ਇੱਥੇ ਵੱਡੇ ਵੱਡੇ ਜਿਹੜੇ ਸ਼ਾਹ ਸੁਲਤਾਨ ਨੇ ਉਹ ਕੱਖਾਂ ਤੋਂ ਹੌਲੇ ਹੋ ਜਾਂਦੇ ਨੇ। ਸੋ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਪਰਮਾਤਮਾ ਦਾ ਹੁਕਮ ਜਗਤ ਵਿੱਚ ਵਰਤ ਰਿਹਾ, ਜਿੱਤ ਤੂੰ ਲਾਵੈ ਤਿਤ ਤਿਤ ਲਗਨਾ। ਵਾਹਿਗੁਰੂ ਜੀ ਜਿਸ ਬੰਨੇ ਤੁਸੀਂ ਸਾਨੂੰ ਲਗਾਇਆ ਹੈ, ਅਸੀਂ ਉਸੇ ਬੰਨੇ ਹੀ ਲੱਗੇ ਹੋਏ ਹਾਂ, ਉਹੀ ਆਪਾਂ ਕਰਮ ਕਰ ਰਹੇ ਹਾਂ। ਜਾਂ ਤੂੰ ਦੇਹੇ ਤੇਰਾ ਨਾਉ ਜਪਨਾ। ਵਾਹਿਗੁਰੂ ਜੀ ਜਿਵੇਂ ਤੁਸੀਂ ਜੋ ਮੈਨੂੰ ਦਿੰਦੇ ਹੋ ਨਾ, ਜੋ ਬਖਸ਼ਿਸ਼ ਕਰਦੇ ਹੋ, ਤਾਂ ਹੀ ਮੈਂ ਤੁਹਾਡਾ ਨਾਮ ਜਪ ਸਕਦਾ। ਨਾਮ ਅਸੀਂ ਆਪ ਨਹੀਂ ਜਪ ਸਕਦੇ, ਨਾਮ ਪਰਮਾਤਮਾ ਕਿਰਪਾ ਕਰਕੇ ਜਪਾਉਂਦੇ। ਗੁਰਬਾਣੀ ਕੀ ਨਹੀਂ, ਨਦਰ ਕਰੇ ਤਾਂ ਸਿਮਰਿਆ ਜਾਏ, ਉਹ ਵਾਹਿਗੁਰੂ ਜੀ ਕਿਰਪਾ ਕਰੇ ਤਾਂ ਅਸੀਂ ਉਹਦੇ ਸਿਮਰਨ ਨਾਲ ਜੁੜ ਸਕਦੇ ਹਾਂ। ਪਰ ਸਤਿਗੁਰੂ ਜੀ ਨੇ ਆਰੰਭ ਤੋਂ ਬਚਨ ਕਹੇ ਕਿ ਘਰ ਕਾ ਕਾਜ ਨਾ ਜਾਣੀ ਰੂੜਾ। ਵਾਹਿਗੁਰੂ ਜੀ ਵਾ ਜਿਹੜਾ ਮਨੁੱਖ ਹੈ ਨਾ, ਇਸ ਧਰਤੀ ਤੇ ਆ ਕੇ ਆਪਣੀ ਜ਼ਿੰਦਗੀ ਦੇ ਅਸਲ ਮਕਸਦ ਨਾਲੋਂ ਜੇ ਭੁੱਲਿਆ ਤੇ ਵੀ ਤੁਹਾਡਾ ਹੁਕਮ ਹੀ ਹੈ, ਵੀ ਤੁਹਾਡਾ ਪਾਣਾ ਹੀ ਹੈ। ਦੇਖੋ ਮਾਇਆ ਵੀ ਰੱਬ ਦੀ ਬਣਾਈ ਹੈ, ਮਾਇਆ ਦਾ ਮੋਹ ਵੀ ਪਰਮਾਤਮਾ ਦਾ ਬਣਾਇਆ ਹੋਇਆ। ਗੁਰੂ ਕੇ ਬਚਨ ਆਪਾਂ ਪੜ੍ਹਦੇ, ਕੁਰਬਾਨ ਕੀਤਾ ਕਿਸੇ ਵਿੱਟੋਂ ਜਿਨ ਮੋਹ ਮਿੱਠਾ ਲਾਇਆ। ਪਰਮਾਤਮਾ ਤੋਂ ਕੁਰਬਾਨ ਹੈ ਜਿਨ੍ਹਾਂ ਨੇ ਇਹ ਮਿੱਠਾ ਮੋਹ ਸਾਡੀ ਜ਼ਿੰਦਗੀ ਅੰਦਰ ਪੈਦਾ ਕਰ ਦਿੱਤਾ। ਜੋ ਕੁਝ ਵੀ ਵਾਹਿਗੁਰੂ ਜੀ ਨੇ ਬਣਾਇਆ ਇਹ ਉਹਦੇ ਹੁਕਮ 'ਚ ਬਣਿਆ ਔਰ ਵਧੀਆ ਬਣਿਆ। ਜੇ ਸਾਨੂੰ ਵਾਹਿਗੁਰੂ ਜੀ ਦੇ ਪਿਆਰ 'ਚ ਜੁੜਨ ਦੀ ਜਾਚ ਆ ਜਾਏ, ਇਹ ਮੋਹ ਪਿਆਰ ਬਣ ਜਾਂਦਾ ਹੈ। ਇਹ ਮੋਹ ਜਿਹੜਾ ਹੈ ਪਿਆਰ ਬਣ ਜਾਂਦਾ ਹੈ। ਇਹ ਪਿਆਰ ਰੱਬ ਦੇ ਪਿਆਰ ਜਦੋਂ ਆਪਾਂ ਜੁੜ ਜਾਂਦੇ, ਜੀਵਨ ਸਫਲ ਹੋ ਜਾਂਦਾ ਹੈ। ਜੇ ਮੋਹ ਨਹੀਂ ਹੋਏਗਾ ਤਾਂ ਪਿਆਰ ਨਹੀਂ ਬਣੇਗਾ। ਮੋਹ ਹੀ ਪਿਆਰ ਦਾ ਰੂਪ ਬਣਨਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਪਰਮਾਤਮਾ ਨੇ ਇਹ ਸਾਰਾ ਜਗਤ ਸਿਰਜਿਆ, ਜੋ ਕੁਝ ਬਣਾਇਆ। ਦੇਖੋ ਸਤਿਗੁਰੂ ਜੀ ਦਾ ਬਚਨ ਹੈ ਕਿ ਮਾਇਆ ਮਮਤੀ ਮਮਤਾ ਕਰਤੇ ਲਾਈ। ਇਹ ਮਾਇਆ ਦੀ ਮਮਤਾ ਵੀ ਪਰਮਾਤਮਾ ਨੇ ਪੈਦਾ ਕੀਤੀ ਹੈ, ਮਾਇਆ ਵੀ ਪਰਮਾਤਮਾ ਨੇ ਪੈਦਾ ਕੀਤੀ ਹੈ, ਜੀਵ ਵੀ ਪਰਮਾਤਮਾ ਨੇ ਪੈਦਾ ਕੀਤਾ ਹੈ। ਬਸ ਇਸ ਖੇਡ ਨੂੰ ਸਮਝਣ ਦੀ ਲੋੜ ਹੈ ਕਿ ਇਹ ਸਮਝ ਆ ਜਾਏ ਕਿ ਸਭ ਕੁਝ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੈ। ਜਦੋਂ ਪਤਾ ਚੱਲੇਗਾ ਕਿ ਉਹਦੇ ਹੁਕਮ ਵਿੱਚ ਹੀ ਘਰ ਕਾ ਕਾਜ ਨ ਜਾਣੀ ਰੂੜਾ। ਰੂੜਾ ਦਾ ਅਰਥ ਹੁੰਦਾ ਸੋਹਣਾ, ਕਿ ਮਨੁੱਖ ਦੀ ਜ਼ਿੰਦਗੀ ਦਾ ਜਿਹੜਾ ਇੱਕ ਬੜਾ ਵਧੀਆ ਕੰਮ ਹੈ ਨਾ, ਉਹਨੂੰ ਇਹ ਜਾਣਦਾ ਹੀ ਨਹੀਂ ਹੈ। ਉਹ ਕੰਮ ਹੈ ਪਰਮਾਤਮਾ ਦੇ ਪਿਆਰ 'ਚ ਜੋੜਨਾ, ਨਾਮ ਜਪਣਾ। ਸਭ ਤੋਂ ਉੱਤਮ ਕੰਮ ਹੈ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ, ਵਾਹਿਗੁਰੂ ਜੀ ਦੇ ਪਿਆਰ ਜੋੜਨਾ, ਵਾਹਿਗੁਰੂ ਜੀ ਦੇ ਸ਼ੁਕਰਾਨੇ ਜੋੜਨਾ। ਦੇਖੋ ਮਨੁੱਖ ਕਿੰਨੇ ਕੰਮ ਕਰਦਾ ਹੈ, ਉਹ ਕੰਮ ਕਰਨ ਦੇ ਲਈ ਕਿੰਨਾ ਉਹਨੂੰ ਜ਼ੋਰ ਲਾਉਣਾ ਪੈਂਦਾ ਹੈ, ਕਿੰਨੀ ਉਹਨੂੰ ਮਸ਼ਕਤ ਕਰਨੀ ਪੈਂਦੀ ਹੈ, ਕਿੰਨੀ ਉਹਨੂੰ ਮਿਹਨਤ ਕਰਨੀ ਪੈਂਦੀ ਹੈ। ਔਰ ਉਹ ਕੰਮ ਕਰਦੇ ਹਾਂ ਕਈ ਵਾਰੀ ਬੰਦਾ ਬੜਾ ਪੀੜਿਤ ਹੁੰਦਾ, ਬੜਾ ਦੁਖੀ ਹੁੰਦਾ, ਔਰ ਉਹ 'ਚੋਂ ਦੁੱਖ ਵੀ ਪੈਦਾ ਹੁੰਦੇ। ਲੇਕਿਨ ਪਰਮਾਤਮਾ ਦਾ ਨਾਮ ਇੰਨਾ ਸੋਹਣਾ ਹੈ, ਪਰਮਾਤਮਾ ਦੇ ਨਾਮ ਨੂੰ ਚੇਤੇ ਕਰ ਲਈ ਤੇ ਜ਼ੋਰ ਹੀ ਕੋਈ ਨਹੀਂ ਲੱਗਦਾ। ਉਹ ਗੱਲ ਵੱਖਰੀ, ਕਈ ਬੜਾ ਜ਼ੋਰ ਲਾਉਂਦੇ ਨੇ ਔਰ ਇੰਨਾ ਲਾਉਂਦੇ ਦੂਜਿਆਂ ਨੂੰ ਪਰੇਸ਼ਾਨ ਕਰ ਦਿੰਦੇ, ਕਹਿੰਦੇ ਰੱਬ ਦੀ ਬੰਦਗੀ ਕਰ ਰਹੇ ਹਨ। ਪਰਮਾਤਮਾ ਦੇ ਨਾਮ ਨੂੰ ਯਾਦ ਕਰਨ ਲਈ ਤੇ ਕੋਈ ਜ਼ੋਰ ਨਹੀਂ ਲੱਗਦਾ, ਸਿਰਫ ਆਪਣਾ ਉੱਧਰ ਧਿਆਨ ਕਰਨ ਦੀ ਲੋੜ ਹੈ। ਦੇਖੋ ਨਾ, ਆਪਾਂ ਨੀਂਦ ਲੈਣੀ ਹੈ, ਨੀਂਦ ਲੈਣ ਲਈ ਕੋਈ ਸਾਨੂੰ ਜ਼ੋਰ ਲਾਉਣਾ ਪੈਂਦਾ? ਇਸੇ ਤਰੀਕੇ ਦੇ ਨਾਲ ਹੋਰ ਆਪਾਂ ਜ਼ਿੰਦਗੀ ਦੇ ਕੇ ਕਰਮ ਕਰਦੇ ਹਾਂ ਜਿਹੜੇ ਕੁਦਰਤੀ ਹੋਈ ਚਲੇ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਕਿ ਪਰਮਾਤਮਾ ਦਾ ਨਾਮ ਸਭ ਤੋਂ ਉੱਤਮ ਕਰਮ ਹੈ, ਤੇ ਪਰਮਾਤਮਾ ਦਾ ਨਾਮ ਜਪਣ ਦੇ ਲਈ ਕੋਈ ਤਾਕਤ ਕੋਈ ਬਲ ਵੀ ਨਹੀਂ ਲੱਗਦਾ। ਪਰਮਾਤਮਾ ਦਾ ਨਾਮ ਅਜਿਹਾ ਕਰਮ ਹੈ
कि परमात्मा का नाम जपन तो बाद बंदे नूं कदी पछताउणा नहीं पैंदा, कदी झूलना नहीं पैंदा, कोई घाटा नहीं पैंदा। गुरबाणी का एक वचन है कि हर को नाम सदा सुखदाई, जां को सिमर अजामल उदरियो, गन का गत पाई। वाहिगुरु जी का नाम सदा ही सुख देने वाला है, आनंद देने वाला है। जिस परमात्मा के नाम नूं चेते करके गनका वर्गियां दा पार उतारा हो गया। गुरबाणी की भी परमात्मा का नाम सदा सुख देने वाला है, इस करके घर का काज न जानी रूड़ा। वाहिगुरु जी तुहाडे हुक्म विच ही आ जिहड़ा जीव है ना, ये अपने घर के काम नूं जानदा ही नहीं, जिहड़ा बड़ा वधिया है, जिहड़ा बड़ा सोहना है, जिहड़ा बड़ा सुख देने वाला है, जिहड़ा बड़ा आनंद देने वाला है जिंदगी अंदर घर का काम। होर जितने आप कम कर रहे हैं ना, साढ़े घर के काम की लोड़ है, लेकिन घर के काम नहीं है। सतगुरु जी कहते साढ़े घर का काम यह है कि आप उस परमात्मा के प्यार जुड़िए, अपने हिरदे विच उहदे प्यार परमात्मा के प्यार जुड़िए। देखो सतगुरु जी ने गुरबाणी विच थां थां ते मन नूं अपने घर वल आउण की प्रेरणा की है। मन अपना घर छड के बाहर भटक रहे, घर छड के दुनिया की माया के मगर भजा फिर रहा है, दुनिया के होर अनेक कमां दे मगर भजा फिरदा है। गुरबाणी कहिंदी थिर घर बैसो हर जन प्यारे, सतगुरु तुमरे काज सवारे। थिर घर अपने निज सरूप टिक जाओ। साहब श्री गुरु ग्रंथ साहब जी का वचन है कि तुम कर आओ मेरे मेत, तुमरे दुखी हर आप सवारे, अपदा पई बते। अपने घर च आओ भाई, अपने घर च आउण दा अर्थ है कि जो तुहाडा असली सुभाव है, जो असली जिंदगी दा कारज है, जो तुहाडी असली जिंदगी दी अवस्था है, उहदे नाल सांझ पाओ। वो अवस्था की है कि जिंदगी दे अंदर आपां परमात्मा दे प्यार जुड़ के अपनी किरत विरत करिए। सतगुरु जी कहिंदे भई अपने घर विच आ जाओ, घर तों बाहर जदों घर दे कम्मां वल ध्यान नहीं ना देवां। जिहड़ा बंदा अपने घर दे कम्म वल ध्यान नहीं दिंदा, वह बाहर भावें जिनी मर्जी चौधर जगाई जाए, बाहर भावें जो मर्जी करी जाए, जे घर के कामों लिए ध्यान नहीं, घर बर्बाद हो जाए। यह मनुख अपने घर वाल ध्यान नहीं दिता, जिहड़ा घर का काम बड़ा सोहना है उन्होंने करने वाले का ध्यान ही नहीं है, जिस काम लिए आया ना। सतगुरु श्री गुरु ग्रंथ साहब जी ने वचन कहे कि लोगों के घर तो सुहागनी गल करता है, पर अपना घर एदा लुटिया जा रहा है। सतगुरु जी कहते घर का काज न जानी रूड़ा, झूठे धंधे रचे हो मूड़ा। ये मूड़ा दर्थ मूर्ख, दुनिया के झूठे धंधिया विच खचत हो गया, लीन हो गया, और दुनिया के इन्हों झूठे धंधिया विच खचत हो के इन्हू अपनी जिंदगी का असल कारज ही भुल गया। सतगुरु जी ने कहा सी अपना हथी अपना आपे ही काज सवारीए, अपने हथी अपनी जिंदगी का कार्य सवार लो। ये भी गल सतगुरु जी ने चेते कराई सी, अगर काज तेरे किते ना काम, जिन्हें तू काम कर रहे हैं तेरे घर के काम नहीं है, ये तेरे किसे हथ नहीं होने। देखो रोटी कमाना मनुख का फर्ज है, उद्यम करना, रोटी भी मेहनत करनी चाहिए हर इंसान को, किसी के मुथाज नहीं रहना चाहिए। ये भी एक रब की बंदगी अपनी किरत करना, पर रोटी की लोड़ हो ये तो एक चंगी गल है। गल कली रोटी की नहीं है, मनुख तो फिर यह सोचता कि सारी दुनिया दी रोटियां मैं मिल जा, सारी दुनिया के पदार्थ मेरे को आ जाए, फिर अपने घर के असली काम को भुल जाते हैं। सतगुरु जी कहते ये मूर्ख बंदा झूठे धंधिया च खचत हो के, ये कूड़ कूड़ है नेहो लगा विसरिया करता हार, इहदा कूड़ दे नाल प्यार पै गया, ते जिहड़ा घर दा असली काम सी इहनूं भुल गया, उधर इहदा ध्यान ना गया जिस काम नूं करन दे लई आया सी। सतगुरु जी ने जिथे गल कही सी कि होर काम तेरे नाल नहीं जाने, उत्थे इह गल वी इस सुभाव दी दसी कि आहर सब घर दा फिरै, आहर इक ना होए, नानक जित आहर जग उदरै, विरला बूझै कोई। बड़े काम करदा है प्राणी, और ये गल कहेगा जी जिंदगी च बड़ा काम कीता है, बड़ा कारोबार कीता है,
पर जिहड़ा काम करना सी ना उहदा इहनूं चेता ही नहीं रहिंदा जिहड़ा इहदा अपना काम सी अपने दा कि जिस काम ने इहदे नाल जाणा सी जिस काम ने इहदी जिंदगी नूं सुख देना सी।